ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੀ ਗੱਡੀ ਦੀ ਅੱਜ ਪਹਿਲੀ ਵਾਰ ਗੱਡੀ ਸਾਡੇ ਪਿੰਡ ਆਈ ਆ, ਔਰ ਅਸੀਂ ਆਪਣੇ ਜਠੇਰਿਆਂ 'ਤੇ ਮੱਥਾ ਟਿਕਾਉਣ ਲਈ ਲੈ ਕੇ ਆਏ ਹਾਂ। ਸੋ ਸਾਡੀ ਸੰਗਤ ਦੇਖੋ ਜੀ ਸਾਹਮਣੇ ਪਹੁੰਚ ਗਈ ਹੈ ਜੀ। ਅੱਜ ਅਸੀਂ ਆਪਣੇ ਜਠੇਰਿਆਂ ਦੇ ਬਾਬਾ ਬਸਨ ਜੀ ਦੇ ਦਰ 'ਤੇ ਆਏ ਹਾਂ, ਔਰ ਅਸੀਂ ਇੱਥੇ ਬਾਬਾ ਜੀ ਦੀ ਮਿੱਟੀ ਕੱਢਾਂਗੇ ਜੀ। ਬਾਬਾ ਜੀ ਦੇ ਨਾਂ 'ਤੇ, ਬਾਬਾ ਬਸਨ ਸਿੰਘ ਜੀ ਦੇ ਨਾਂ 'ਤੇ ਮਿੱਟੀ ਕੱਢਦੇ ਹਾਂ ਜੀ। ਅਸੀਂ ਜਦੋਂ ਵੀ ਆਪਣੇ ਜਠੇਰਿਆਂ ਦੇ ਕੋਈ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਨਾ, ਕਾਰ ਹੋਈ, ਦੁੱਧ ਹੋਇਆ, ਬੱਚਾ ਹੋਇਆ, ਕੋਈ ਵੀ ਨਵਾਂ ਬੱਚਾ ਆਉਂਦਾ, ਤਾਂ ਉਦੋਂ ਅਸੀਂ ਇੱਥੇ ਮਿੱਟੀ ਕੱਢਣ ਆਉਂਦੇ ਹਾਂ ਜੀ। ਹਾਂ, ਜਦੋਂ ਖੁਸ਼ੀ ਦਾ ਟਾਈਮ ਹੁੰਦਾ ਹੈ ਤਾਂ। ਸੋ ਸੰਗਤ ਜੀ, ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਹਾਂਜੀ ਸੰਗਤ ਜੀ, ਹੁਣ ਅਸੀਂ ਸਾਰੇ ਜਾਣੇ, ਸਾਰੀ ਫੈਮਿਲੀ ਅਸੀਂ ਬਾਬਾ ਜੀ ਦੇ ਮੱਥਾ ਟੇਕਣ ਲਈ ਚੱਲੇ ਹਾਂ ਜੀ। ਅੱਜ ਅਸੀਂ ਇਹਨਾਂ ਦੇ ਨਾਂ ਦੀ ਮਿੱਟੀ ਕੱਢਾਂਗੇ, ਔਰ ਮਿੱਟੀ ਦਾ ਵੀ ਬਹੁਤ ਵੱਡਾ ਇੱਕ ਇਤਿਹਾਸ ਆ, ਉਹਦੇ ਬਾਰੇ ਵੀ ਤੁਹਾਨੂੰ ਕਹਾਣੀ ਦੱਸਾਂਗੇ ਜੀ। ਠੀਕ ਹੈ ਜੀ, ਔਰ ਅਸੀਂ ਆਪਣੇ ਬਾਬਾ ਜੀ ਦੀ ਜਗ੍ਹਾ 'ਤੇ ਚੱਲ ਰਹੇ ਹਾਂ ਜੀ। ਇਹ ਸਾਡੇ ਪਿੰਡ ਦੇ ਜਠੇਰੇ ਆ ਜੀ, ਜਿੱਥੇ ਜਠੇਰੇ ਆਪਾਂ ਉਹ ਕਹਿੰਦੇ ਜਿਹੜੇ ਪਿੰਡ ਦੇ ਵਸਣ ਵੇਲੇ ਸਭ ਤੋਂ ਵੱਡੇ ਪਿੰਡ ਦੇ ਮੋਢੀ ਹੁੰਦੇ ਆ ਨਾ, ਉਹਨਾਂ ਨੂੰ ਜਠੇਰੇ ਕਿਹਾ ਜਾਂਦਾ ਜੀ। ਸੋ ਸੰਗਤ ਜੀ, ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ, ਔਰ ਇੱਥੋਂ ਦਾ ਇਤਿਹਾਸ, ਇੱਕ ਪੁਰਾਣੀ ਅਸੀਂ ਵੀਡੀਓ ਪਾਈ ਹੋਈ ਹੈ ਜੀ, ਹੋ ਗਿਆ ਸਾਲ ਡੇਢ ਸਾਲ ਪਹਿਲਾਂ, ਉਦੋਂ ਵੀਡੀਓ ਪਾਈ ਸੀ ਇਸ ਦੀ, ਔਰ ਉਸ ਬਾਬਾ ਬਸਨ ਜੀ ਦਾ ਇਤਿਹਾਸ ਤੁਸੀਂ ਜਦ ਦੁਬਾਰਾ ਸੁਣ ਸਕਦੇ ਹੋ ਜੀ। ਅੱਜ ਸਾਨੂੰ ਦੁਬਾਰਾ ਇੱਥੇ ਆਉਣ ਦਾ ਮੌਕਾ ਮਿਲਿਆ ਜੀ, ਔਰ ਅੱਜ ਅਸੀਂ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਜੀ। ਕਹਿੰਦਾ ਇਹਦਾ ਸਾਈਡਾਂ ਕਿਵੇਂ ਚੇਂਜ ਕਰਦੇ ਹੁੰਦੇ ਯਾਰ, ਮੈਨੂੰ ਇਹ ਸਮਝ ਨਹੀਂ ਆਉਂਦੀ। ਚਲੋ ਹੌਲੀ ਹੌਲੀ ਨਿਕਲੇ, ਹੌਲੀ ਹੌਲੀ ਨਿਕਲੀ। ਆ ਸਾਡੇ ਪਿੰਡ ਦਾ, ਸਾਡਾ ਖਾਨਦਾਨ ਦਾ ਮੇਲ ਗੇਲ, ਬਾਬੇ ਬਚਨੇ ਜੀ ਦਾ ਪਰਿਵਾਰ, ਮੱਥਾ ਟੇਕਣ ਵਾਸਤੇ। ਹਾਂਜੀ, ਅਸੀਂ ਅੱਜ ਮੱਥਾ ਟੇਕਣ ਲਈ ਚੱਲ ਰਹੇ ਹਾਂ, ਬਾਬਾ ਜੀ ਦੇ ਜੋਤ ਜਗਾਵਾਂਗੇ, ਔਰ ਅੱਜ ਆਪਣੀ ਕਾਰ ਦੀ ਖੁਸ਼ੀ ਦੇ ਵਿੱਚ ਅਸੀਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਹਾਂ। ਠੀਕ ਹੈ ਜੀ, ਔਰ ਸਾਡੇ ਪਿੰਡ ਦੇ ਬਾਬਾ ਜੀ ਬਜ਼ੁਰਗ ਨੇ, ਡੈਡੀ ਦੇ ਹਾਣੀ ਨੇ, ਉਹ ਇੱਥੇ ਆਪਦੇ ਝੋਨੇ ਨੂੰ ਯੂਰੀਆ ਪਾ ਰਹੇ ਨੇ। ਬਾਬਾ ਜੀ ਸਤਿ ਸ਼੍ਰੀ ਅਕਾਲ। ਲਓ ਜੀ ਹਾਜ਼ਰ ਕਰਤੇ ਫਿਰ ਅੱਜ ਅਸੀਂ। ਹਾਂਜੀ ਗੁਰਦੀਪ ਸਿੰਘ, ਮਿੱਠਾ ਘੱਟ ਹੀ ਪਵਾਏ ਜੀ। ਠੀਕ ਹੈ, ਹਾਂ ਚਲ ਜੀ। ਬਾਬਾ ਜੀ ਸਾਨੂੰ ਕਹੀ ਜਾਂਦੇ, ਮੇਰੇ ਅੰਕਲ ਜੀ ਹੈ, ਉਹ ਡੈਡੀ ਜੀ ਨੂੰ ਕਹੀ ਜਾਂਦੇ ਵੀ ਤੁਹਾਨੂੰ ਅੱਜ ਹੀ ਯਾਦ ਕੀਤਾ। ਮੈਂ ਕਿਹਾ ਲਓ ਜੀ ਅੱਜ ਅਸੀਂ ਬਾਬਾ ਜੀ ਨੇ ਤੁਹਾਨੂੰ ਹਾਜ਼ਰ ਕਰਤਾ ਜੀ, ਮਿਲਾ ਦਿੱਤਾ ਜੀ ਤੁਹਾਨੂੰ। ਸੋ ਲਓ ਜੀ ਬਾਬਾ ਜੀ ਦੇ ਦਰਗਾਹ 'ਤੇ ਆਪਾਂ ਮੱਥਾ ਟੇਕਣ ਲੱਗੇ। ਸਤਨਾਮ ਸੱਚੇ ਪਾਤਸ਼ਾਹ ਜੀ, ਇਹ ਬਾਬਾ ਬਸਨ ਜੀ ਦਾ ਡੇਰਾ ਹੈ ਜੀ। ਇਹ ਸਾਡੇ ਬਜ਼ੁਰਗ, ਸਾਡੇ ਖਾਨਦਾਨ ਦੇ ਬਜ਼ੁਰਗ ਬਾਬਾ ਬਸਨ ਸਿੰਘ ਜੀ। ਇਹ ਜਿਹੜਾ ਬੋਰਡ ਆ, ਪਿੱਪਲ ਆ ਜੀ, ਇੱਥੇ ਪਹਿਲਾਂ ਬੇਰੀ ਹੁੰਦੀ ਸੀ ਜੀ, ਕਰੀਰ ਵੀ ਹੁੰਦਾ ਸੀ ਵਿੱਚ ਇਹਦੇ। ਅਸੀਂ ਬਚਪਨ 'ਚ ਜਦੋਂ ਛੋਟੇ ਹੁੰਦੇ ਨਾ, ਇਸ ਜਗ੍ਹਾ 'ਤੇ ਆਉਂਦੇ ਸੀ, ਖੇਡਣ ਆਉਂਦੇ ਹੁੰਦੇ ਸੀਗੇ।
ਤੇ ਬਹੁਤ ਉੱਚਾ ਟਿੱਬਾ ਹੁੰਦਾ ਸੀ, ਛੋਟੇ ਹੁੰਦੇ ਸੀ ਡਰ ਲੱਗਦਾ ਹੁੰਦਾ ਸੀ, ਬੇਰੀ ਵੀ ਹੈਗੀ ਆ, ਪਿੱਪਲ ਵੀ ਹੈਗਾ, ਪਰ ਕਰੀਰ ਨਹੀਂ ਨਜ਼ਰ ਆ ਰਿਹਾ ਜੀ। ਸੋ ਸੰਗਤ ਜੀ, ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਪਾਂ ਅੰਦਰ ਯਾਦਗਾਰ ਬਾਬਾ ਬਸਨ ਸਿੰਘ ਜੀ ਅਟਵਾਲ। ਇਹਦੀ ਤੁਸੀਂ ਵੀਡੀਓ ਤੁਸੀਂ ਆਪਣੇ ਚੈਨਲ 'ਤੇ ਟੂ ਸੀ ਵਿਦ ਅਟਵਾਲ 'ਤੇ ਪਾਈ ਹੋਈ ਹੈ ਜੀ, ਉੱਥੋਂ ਤੁਸੀਂ ਜਾ ਕੇ ਦੁਬਾਰਾ ਦੇਖ ਸਕਦੇ ਹੋ ਜੀ, ਕਿਉਂਕਿ ਇੱਥੋਂ ਦਾ ਇਤਿਹਾਸ ਸਾਰਾ ਉਹਦੇ ਵਿੱਚ ਦੱਸਿਆ ਗਿਆ ਜੀ। ਸੋ ਤੁਹਾਨੂੰ ਇੱਥੇ ਉਹਦੇ ਆਸੇ ਪਾਸੇ ਆਲਾ ਦੁਆਲਾ ਦਿਖਾ ਰਹੇ ਹਾਂ ਜੀ। ਕਿਸੇ ਟਾਈਮ ਬਹੁਤ ਉੱਚਾ ਟਿੱਬਾ ਹੁੰਦਾ ਸੀਗਾ ਜੀ, ਔਰ ਅੱਜ ਜਿਹੜਾ ਕਿ ਹੁਣ ਸਾਰਾ ਬਰਾਬਰ ਹੋ ਚੁੱਕਿਆ ਜੀ। ਬਾਬਾ ਬੰਬਾ ਬੋਲੇ ਜੀ ਨਜ਼ਰ ਆ ਰਹੇ ਨੇ, ਦੇਖੋ ਕਿੰਨਾ ਸੋਹਣਾ ਦ੍ਰਿਸ਼ ਆ ਜੀ, ਬੜੀਆ ਹਰੀਆਂ ਭਰੀਆਂ ਜਗ੍ਹਾ ਜੀ, ਬੜਾ ਹੀ ਰੌਣਕ ਲੱਗੀ ਹੋਈ ਹੈ ਜੀ। ਸੋ ਵਾਹਿਗੁਰੂ, ਬਾਬਾ ਜੀ ਦਰਸ਼ਨ ਕਰ ਦਿੱਤੇ ਸ਼ਾਂਤੀ ਬਖਸ਼ੇ, ਚੜ੍ਹਦੀ ਕਲਾ ਰੱਖੇ ਬਾਬਾ ਜੀ, ਤੁਹਾਡੀ ਹਾਜ਼ਰੀ ਤੇ ਨਵੀਂ ਗੱਡੀ ਲੈ ਕੇ ਆਇਆ, ਮੇਰਾ ਭਰਿਆ ਹੱਥ ਰੱਖਣਾ, ਖੁਸ਼ੀਆਂ ਬਖਸ਼ਣਾ, ਗੱਡੀ ਵੀ ਚੜ੍ਹਦੀ ਕਲਾ ਚ ਰਵੇ, ਸਾਡੇ ਵੀ ਮਨ ਦੀ ਟੈਨਸ਼ਨ ਦੂਰ ਰਵੇ। ਥੋੜੇ ਹੋਰ ਪਾ ਦੇ ਇੱਥੇ ਪਾ, ਹਾਂ ਪਾਥੀ ਆ ਚੱਲ ਪਿਆ, ਚੱਲ ਨੇੜੇ ਪਾ ਪਾਣੀ ਬੋਤਲ ਕਰਦੇ ਕਰਨ ਨੇੜੇ ਕਰ ਰਹੀ ਨੇੜੇ ਕਰ ਸਤਨਾਮ ਸੱਚਾ ਪਾਤਸ਼ਾਹ ਮਹਾਰਾਜ, ਸੁੱਖ ਸ਼ਾਂਤੀ ਬਖਸ਼ੇ ਬਾਬਾ ਜੀ, ਚੜ੍ਹਦੀ ਕਲਾ ਰੱਖਿਓ ਸਭ ਦਾ ਭਲਾ ਮਹਾਰਾਜ, ਸੁੱਖ ਸ਼ਾਂਤੀ। ਵਾਹਿਗੁਰੂ, ਵਾਹਿਗੁਰੂ ਬਾਬਾ ਬਸਨ ਜੀ, ਮੇਰਾ ਭਰਿਆ ਹੱਥ ਰੱਖਣਾ, ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣਾ, ਚੜ੍ਹਦੀ ਕਲਾ ਰੱਖਣਾ। ਉਹਨੂੰ ਜਗ੍ਹਾ ਹੀ ਨਹੀਂ ਦਿੰਦਾ, ਕੋਈ ਬੰਦਾ ਸੁੱਖੇ ਜਾਂਦੇ ਨਾ ਵੀ ਸਾਡਾ ਵੀ ਘਰ ਬਣ ਜੇ, ਵਾਹਿਗੁਰੂ। ਚਲੋ ਮੱਥਾ ਟੇਕ, ਅੱਗੇ ਪਾਓ ਕਿਉਂ ਪਾਓ, ਕੰਡਾ ਸੀ।
ਵਾਹਿਗੁਰੂ ਵਾਹਿਗੁਰੂ ਸਤਨਾਮ ਅੱਜ ਇੱਧਰ ਆ ਜਾ। ਹਾਂਜੀ ਸੰਗਤ ਜੀ, ਤੁਹਾਨੂੰ ਅੱਜ ਅਸੀਂ ਇਸ ਕਰਕੇ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ ਕਿਉਂਕਿ ਅਸੀਂ ਨਵੀਂ ਗੱਡੀ ਲਈ ਹੈ ਜੀ, ਨਵੀਂ ਕਾਰ ਲਈ ਹੈ। ਅਸੀਂ ਉਸ ਕਾਰ ਦਾ ਜਿੱਥੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟਿਕਾਉਣ ਲਈ ਲੈ ਕੇ ਆਏ ਹਾਂ ਜੀ। ਸੋ ਇਸ ਕਰਕੇ ਜਦੋਂ ਵੀ ਘਰ ਦੇ 'ਚ ਕੋਈ ਵੀ ਖੁਸ਼ੀ ਆਉਂਦੀ ਆ, ਨਵਾਂ ਬੱਚਾ ਆਉਂਦਾ, ਨਵਾਂ ਜੀ ਆਉਂਦਾ, ਨਵੀਂ ਗੱਡੀ ਆਈ ਆ, ਜਾਂ ਕੋਈ ਵੀ ਚੀਜ਼ ਨਵੀਂ ਆਉਂਦੀ ਆ, ਤਾਂ ਅਸੀਂ ਖੁਸ਼ੀ ਦੇ ਵਿੱਚ ਇੱਥੇ ਆ ਕੇ ਉਸ ਦੇ ਦਰਸ਼ਨ ਕਰਾਈਦੇ ਆ ਜੀ, ਮੱਥਾ ਟੇਕੀਦਾ ਉਹਨਾਂ ਦੇ ਨਾਂ 'ਤੇ। ਬਾਬਾ ਜੀ ਤੋਂ ਅਰਦਾਸ ਕਰਦੇ ਹਾਂ ਬਾਬਾ ਜੀ ਅੱਗੇ ਕਿ ਬਾਬਾ ਜੀ ਮੇਰਾ ਭਰਿਆ ਹੱਥ ਰੱਖਣਾ, ਖੁਸ਼ੀਆਂ ਬਖਸ਼ਣਾ, ਚੜ੍ਹਦੀ ਕਲਾ 'ਚ ਰੱਖਣਾ। ਇਹਨਾਂ ਦੇ ਨਾਲ ਹੀ ਸਾਡੀਆਂ ਰੌਣਕਾਂ, ਸਾਡੀਆਂ ਖੁਸ਼ੀਆਂ। ਲਓ ਜੀ, ਬਾਬਾ ਜੀ ਦੇ ਦਰਬਾਰ 'ਚ ਗੁਲਾਬ ਦਾ ਫੁੱਲ ਦੇਖੋ ਜੀ, ਇਹ ਵੀ ਨਵੀਂ ਵਰਾਇਟੀ ਦੇ ਫੁੱਲ ਹੈ। ਅੱਗੇ ਹੋ ਜਾਓ, ਬੈਠੋ ਨਾ, ਬੈਠੋ ਅੱਗੇ। ਛੋਟੇ ਛੋਟੇ ਕਰਕੇ ਭਰੀ ਚੱਲ। ਹਾਂ ਸੱਤ ਸੱਤ ਪਾ ਲਓ ਗਿਣ ਕੇ। ਕਣਕ ਥੋੜ੍ਹੀ ਜਿਹੀ ਉੱਥੇ ਪਾ ਦੀ, ਬਸ ਕੀ ਰਫਾ ਫਿਰ ਰਹਿੰਦੀ। ਆ ਜਾ ਇੱਧਰ ਆ ਜਾ ਤੂੰ। ਚਲੋ 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 ਚਲੋ, ਚੱਕੋ ਤੁਸੀਂ, ਪਕੜੋ ਕੱਪੜਾ ਚੱਕੋ। ਹਾਂ ਅਸੀਂ ਵਾਪਸ। ਇਹਨੂੰ ਚੜਾਊਗਾ ਕੌਣ ਪਹਿਲਾਂ? ਵਾਹਿਗੁਰੂ ਵਾਹਿਗੁਰੂ ਕਹੀਦਾ ਹੁੰਦਾ। ਹੌਲੀ ਹੌਲੀ ਹੌਲੀ, ਚਲੋ ਚਲ ਚਲ ਅੱਗੇ ਉੱਪਰ ਕਰ, ਚਲ ਮੱਥਾ ਟੇਕ ਕੇ ਆ ਕਰਾਂਗੇ। ਚਲੋ ਜੀ ਵਾਹਿਗੁਰੂ ਵਾਹਿਗੁਰੂ। ਲਓ ਜੀ, ਇਹ ਵੀ ਸਾਡੇ ਸਮਝ ਲਓ ਵੀ ਹਜ਼ਾਰਾਂ ਸਾਲ ਪੁਰਾਣੀ ਬੇਰੀ ਹੈ ਜੀ, ਬਹੁਤ ਪੁਰਾਣੀ ਬੇਰੀ ਹੈ ਜੀ। ਇਹਦੇ ਵਿੱਚ ਹੀ ਪੀਪਲ ਲੱਗਿਆ ਹੋਇਆ। ਇੱਥੇ ਕਰੀਰ ਦਾ ਬੂਟਾ ਵੀ ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ ਸੀ, ਲੇਕਿਨ ਅੱਜ ਉਹ ਖਤਮ ਹੋ ਚੁੱਕਿਆ ਜੀ, ਔਰ ਇੱਥੇ ਨਵੇਂ ਬੂਟੇ ਲੱਗ ਚੁੱਕੇ ਆ ਜੀ। ਕਿਉਂਕਿ ਅੱਜ ਮੇਰੀ ਉਮਰ 50-55 ਸਾਲ ਦੀ ਹੋ ਗਈ ਹੈ, ਤਾਂ ਉਸ ਸਮੇਂ
ਇਹ ਸਾਰੇ ਇੱਥੇ ਮੌਜੂਦ ਹੁੰਦੇ ਸਨ। ਵਾਹਿਗੁਰੂ ਸਾਹਮਣੇ ਆ ਜਾ। ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਬਖਸ਼ੇ ਬਾਬਾ ਜੀ। ਸਤਨਾਮ 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 ਉਹ ਤੇ ਚੜਾ ਦਿੱਤਾ। ਚੱਲ 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 ਸਿੱਖ ਸ਼ਾਂਤੀ ਬਖਸ਼ੋ ਬਾਬਾ ਜੀ। ਚੜ੍ਹਦੀ ਕਲਾ ਚ ਰੱਖਿਓ, ਹਾਜ਼ਰੀਆਂ ਮਨਜ਼ੂਰ ਕਰਿਓ। ਹਾਂਜੀ ਸੰਗਤ ਜੀ, ਤੁਹਾਨੂੰ ਹੁਣ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਮਿੱਟੀ ਕੱਢੀ ਹੈ। ਇਹ ਮਿੱਟੀ ਕੱਢਣ ਦਾ ਇੱਕ ਸ਼ਾਰਟਕਟ ਇਤਿਹਾਸ ਤੁਹਾਨੂੰ ਇਹ ਦੱਸ ਦਿੰਦਾ, ਕਿਉਂਕਿ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕੋਈ ਸਿੰਘ ਗਿਆ ਤਾਂ ਉਹ ਗੁਰੂ ਸਾਹਿਬ ਜੀ ਲਈ ਕੋਈ ਨਜ਼ਰਾਨਾ ਨਹੀਂ ਲੈ ਕੇ ਆਇਆ, ਤਾਂ ਉਹ ਪਿੱਛੇ ਬੈਠਾ ਸੰਗੀ ਜਾਂਦਾ ਸੀਗਾ ਕਿ ਕਿਵੇਂ ਕਰਾਂ, ਕਿਵੇਂ ਮੱਥੇ ਲੱਗਾਂਗਾ। ਅਤੇ ਗੁਰੂ ਸਾਹਿਬ ਤੋਂ ਜਾਣੀ ਜਾਣ ਸਨ। ਗੁਰੂ ਸਾਹਿਬ ਜੀ ਨੇ ਕਿਹਾ, ਭਗਤਾ ਤੂੰ ਕਿਉਂ ਨਹੀਂ ਕੀ ਚੀਜ਼ ਲੈ ਕੇ ਆਇਆ? ਕਹਿੰਦਾ ਬਾਬਾ ਜੀ ਮੇਰੇ ਪਾਸ ਕੁਛ ਵੀ ਨਹੀਂ ਸੀ, ਮੈਂ ਨਹੀਂ ਲੈ ਕੇ ਆ ਪਾਇਆ। ਉਹ ਕਹਿੰਦਾ ਭਾਈ ਐਂ ਕਰ, ਆਹ ਮਿੱਟੀ ਦਾ ਦਿੰਦੀ ਹੈ, ਇਹੀ ਮਿੱਟੀ ਦੇ ਸਤਿਪੁਰ ਚੜ੍ਹਾ ਦੇ ਮੈਨੂੰ, ਬਸ ਇਹੀ ਮਿੱਟੀ ਤੇਰਾ ਸਾਰਾ ਲੰਗਰ ਪਾਣੀ ਹਾਜ਼ਰ ਮਨਜ਼ੂਰ ਹੋ ਜੂਗੀ। ਸੋ ਇੱਦਾਂ ਦਾ ਸ਼ਾਰਟਕਟ ਇਤਿਹਾਸ ਸੀ। ਇਹ ਮਿੱਟੀ ਤਾਂ ਕੱਢੀ ਜਾਂਦੀ ਹੈ ਜੀ ਤਾਂ ਕਿ ਬਾਬਾ ਜੀ ਖੁਸ਼ ਹੋ ਜਾਣ, ਜੋ ਵੀ ਸਾਡੀ ਸ਼ਰਧਾ ਸੀ ਆਪਦੀ ਸ਼ਰਧਾ ਮੁਤਾਬਕ ਇੱਥੇ ਦਾਨ ਕੀਤਾ ਜੀ, ਦਸਵੰਧ ਕੱਢਿਆ ਜੀ। ਵਾਹਿਗੁਰੂ ਵਾਹਿਗੁਰੂ ਸਤਨਾਮ। ਹਾਂਜੀ ਘੁੱਗੀਆਂ ਗਿਟਾਰਾਂ ਦੀਆਂ ਆਵਾਜ਼ਾਂ ਸੁਣ ਸਕਦੇ ਹੋ ਤੁਸੀਂ। ਕਣਕ ਸੀਂ ਦਿਖਾਉਣਾ ਜੀ, ਇਹ ਦੇਖੋ ਜੀ, ਇਹ ਦੇਖੋ, ਇਹ ਦੇਖੋ, ਕਲੋਲਾਂ ਕਰ ਰਹੀ ਆ, ਧੁੱਪੇ ਬੈਠੀ ਹੈ। ਇਸ ਜਗ੍ਹਾ 'ਤੇ ਜਦੋਂ ਅਸੀਂ ਪੂਜਾ ਕਰ ਰਹੇ ਸੀ ਉਦੋਂ ਬੜੀਆਂ ਕੋਲਾਂ ਬੋਲ ਰਹੀਆਂ ਸਨ, ਪਰ ਹੁਣ ਥੋੜ੍ਹੀ ਜਿਹੀ ਸ਼ਾਂਤੀ ਹੋ ਚੁੱਕੀ ਹੈ। ਅਸੀਂ ਥੋੜ੍ਹੀ ਥੋੜ੍ਹੀ ਪੰਛੀਆਂ ਦੀ ਆਵਾਜ਼ਾਂ ਆ ਰਹੀਆਂ ਜੀ, ਤੋਤੇ ਬੋਲ ਰਹੇ ਆ ਜੀ ਹੁਣ। ਆ ਦੇਖੋ ਇਹ ਪੰਛੀ ਨਾ ਘੁੱਗੀ ਬੋਲਦੇ ਅਸੀਂ ਇਹਨੂੰ, ਔਰ ਇਹ ਧੁੱਪ ਸੇਕ ਰਹੀ ਹੈ ਜੀ। ਸੋਰੀ ਮੈਂ ਡਿਸਟਰਬ ਕਰਤਾ ਇਹਨੂੰ। ਲੱਸੀ ਪਾਓ ਡੈਡੀ ਜੀ, ਲੱਸੀ ਪਾਓ। ਯਾਰ ਕੋਲ ਬੋਲਦੀ ਸੀ, ਕੋਲ ਬੋਲਦੀ ਸੀ ਤੂੰ। ਕਿੱਥੇ ਫਿਰ ਤੁਸੀਂ ਉੱਥੇ ਜ਼ਰੂਰੀ ਜਾਣਾ ਸੀਗਾ? ਇੱਕ ਸਾਈਡ 'ਤੇ ਚਲੋ, ਹੈ ਨਹੀਂ ਫਿਰ ਕੋਈ ਗੱਲ ਨਹੀਂ, ਆ ਜਾਓ ਜੀ। ਹਾਂ ਪਾਓ ਪਾਓ, ਥੋੜ੍ਹੀ ਥੋੜ੍ਹੀ ਪਾਈ, ਚੱਲ ਸਾਰਿਆਂ ਨੇ ਵਾਰੀ ਵਾਰੀ ਨਾ, ਸਾਰਿਆਂ ਦੀ ਵਾਰੀ ਆ ਜਾਏ। ਚੱਲ ਕੋਈ ਗੱਲ ਨਹੀਂ, ਤੂੰ ਹੱਥ ਲਾ ਲੈਂਦਾ ਐਂ ਕਰਕੇ। ਵਾਹਿਗੁਰੂ। ਹਾਂਜੀ ਹੁਣ ਲੱਸੀ ਕੱਢਣਾ ਕਹਿ, ਜਦੋਂ ਲੱਸੀ ਕੱਢ ਰਹੇ ਜੀ ਹੁਣ।
ਥੋੜ੍ਹਾ ਥੋੜ੍ਹਾ ਇਹ ਵੀ ਪਾਉਣਾ ਚਾਹੀਦਾ ਥੋੜ੍ਹੀ ਥੋੜ੍ਹੀ ਚੱਲ ਬਹੁਤ ਚੱਲ ਨੂਰ ਆ ਜਾ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਲਓ ਜੀ ਢੱਕਣ ਲਓ ਨਹੀਂ ਬੰਦ ਕਰਦੇ ਚੱਲਿਆ ਤੂੰ ਦੇਖ ਬੰਦ ਹਾਂ ਵਾਹਿਗੁਰੂ ਵਾਹਿਗੁਰੂ ਸਤ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਅਟਵਾਲ ਖਾਨਦਾਨ ਦੇ ਗੋਤਰ ਦੇ ਵੰਸ਼ ਬਾਬਾ ਵਸਣ ਸਿੰਘ ਜੀ ਦੇ ਜਗ੍ਹਾ 'ਤੇ ਦਰਗਾਹ 'ਤੇ ਆਇਆ ਜੀ ਇਹ ਉਹਨਾਂ ਦਾ ਅੰਗੀਠਾ ਸਾਹਿਬ ਹੈ ਜੀ ਇੱਥੇ ਬਾਬਾ ਵਸਣ ਸਾਹਿਬ ਜੀ ਦਾ ਅੰਗੀਠਾ ਜੀ ਇੱਥੇ ਹਰ ਸਾਲ ਬਾਬਾ ਵਸਣ ਸਿੰਘ ਜੀ ਕਲੱਬ ਵੱਲੋਂ ਅਖੰਡ ਪਾਠ ਕੀਤਾ ਜਾਂਦਾ ਜੀ ਔਰ ਬਾਬਾ ਜੀਵਨ ਸਿੰਘ ਜੀ ਦੇ ਨਾਂ 'ਤੇ ਵੀ ਅਖੰਡ ਪਾਠ ਕਰਵਾਇਆ ਜਾਂਦਾ ਜੀ ਜਨਵਰੀ ਫਰਵਰੀ ਦੇ ਮਹੀਨੇ 'ਚ ਹੋਇਆ ਜਾਂਦਾ ਮਨਾਇਆ ਜਾਂਦਾ ਜੀ ਉਦੋਂ ਅੱਛਾ ਸੰਗਤ ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਅੱਜ ਅਸੀਂ ਨਵੀਂ ਗੱਡੀ ਲੈ ਕੇ ਆਏ ਸੀ ਖੁਸ਼ੀਆਂ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਅੱਗੇ ਬਾਬਾ ਜੀ ਨੂੰ ਅਰਦਾਸ ਕਰਨਾ ਜੀ ਬਾਬਾ ਜੀ ਤੁਹਾਡੀ ਮਿਹਰਬਾਨੀ ਨਾਲ ਤੁਹਾਡੀ ਕਿਰਪਾ ਨਾਲ ਅਸੀਂ ਨਵੀਂ ਗੱਡੀ ਲਈ ਔਰ ਮੇਰਾ ਭਰਿਆ ਹੱਥ ਰੱਖਣਾ ਔਰ ਹਮੇਸ਼ਾ ਖੁਸ਼ੀਆਂ ਬਖਸ਼ਣਾ ਚੜ੍ਹਦੀ ਕਲਾ 'ਚ ਰੱਖਣਾ ਸੋ ਅਟਵਾਲ ਖਾਨਦਾਨ ਦੇ ਗੋਤ ਨੂੰ ਸਭ ਨੂੰ ਵਧਾਈਆਂ ਦਿੰਦੇ ਹਾਂ ਜੀ ਔਰ ਜਿੰਨਾ ਵੀ ਅਟਵਾਲ ਖਾਨਦਾਨ ਗੋਤ ਆ ਸਾਡਾ ਬਠਿੰਡਾ ਰਾਮਪੁਰਾ ਮਾਨਸਾ ਈਵਨ ਤੱਕ ਹੁਸ਼ਿਆਰਪੁਰ ਤੱਕ ਲੁਧਿਆਣਾ ਤੱਕ ਮੁਕਤਸਰ ਤੱਕ ਵੀ ਇੱਕ ਦੋ ਲੜਕੀਆਂ ਬਹੁਤ ਫੇਮਸ ਆ ਜੀ ਅਟਵਾਲ ਸਿਸਟਰਸ ਬਹੁਤ ਵਧੀਆ ਗਾਣੇ ਗਾਉਂਦੀਆਂ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਉੱਥੋਂ ਤੱਕ ਵੀਡੀਓ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਅਟਵਾਲ ਖਾਨਦਾਨ ਇੱਥੇ ਪਿੰਡ ਸਿਰੀਏ ਵਾਲਾ ਭਗਤ ਹੈ ਭਾਈਕਾ ਤੋਂ ਜਸਟ 5-6 ਕਿਲੋਮੀਟਰ ਦੂਰ ਹੀ ਹੈ ਜੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਪਿੰਡ ਸਿਰੀਏ ਵਾਲਾ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ